ਗੁਰਦੁਆਰਾ ਸਹਿਬ ਵਿੱਚ ਨਤਮਸਤਕ ਹੋਣਗੇ ਇਹ ਮਾਪੁੱਤ ਦੇਖੋ ਕਿਵੇਂ ਹੋਏ ਭਿਆਨਕ ਹਾਸੇ ਦਾ ਸ਼ਿਕਾਰ ਦੇਖੋ ਕਿਵੇਂ ਇਸ 17 ਸਾਲ ਦੇ ਨੌਜਵਾਨ ਦੀ ਹੋਈ ਭਿਆਨਕ ਮੌਤ ਸਤਿ ਸ਼੍ਰੀ ਅਕਾਲ ਜੇਕਰ ਤੁਸੀਂ ਸਾਡੇ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਵੋ ਤੇ ਨਾਲ ਹੀ ਬੈਲ ਆਈਕਨ ਭਾਪਕੀ ਕੰਟੀਨਿਊ ਦਬਾ ਲਵੋ ਜਿਸ ਨਾਲ ਸਾਡੇ ਨਿਊ ਹਰ ਅਪਡੇਟ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਜਾਵੇਗੀ ਇੱਕ ਬਹੁਤ ਹੀ ਦਰਦਨਾਕ ਖਬਰ ਸਾਹਮਣੇ ਆਈ ਹੈ ਜਿੱਥੇ ਕਿ ਇੱਕ ਮਾਂ ਪੁੱਤ ਜਿਹੜੇ ਨੇ ਉਹ ਗੁਰਦੁਆਰਾ ਸਾਹਿਬ ਦੇ ਵਿੱਚ ਨਤਮਸਤਕ ਹੋਣ ਦੇ ਲਈ ਜਾ ਰਹੇ ਸੀਗੇ ਪਰ ਜਦੋਂ ਇੱਕ ਕਾਰ ਦੀ ਮੋਟਰਸਾਈਕਲ ਦੇ ਨਾਲ ਟੱਕਰ ਹੁੰਦੀ ਹੈ ਤੇ ਜਿਹੜੇ ਮਾਂ ਪੁੱਤ ਹੁੰਦੇ ਨੇ ਉਹ ਹਾਦਸੇ ਦਾ ਸ਼ਿਕਾਰ ਹੋ ਜਾਂਦੇ ਨੇ ਤੇ ਉਹਨਾਂ ਦੀ ਮੌਕੇ ਤੇ ਹੀ ਮੌਤ ਹੋ ਜਾਂਦੀ ਹੈ ਹਾਲਾਂਕਿ ਇਹ ਵੀ ਕਿਹਾ ਜਾ ਰਿਹਾ ਹੈ ਜੋ ਕਾਰ ਚਾਲਕ ਸੀਗਾ ਕਾਰ ਚਲਾ ਰਿਹਾ ਸੀਗਾ ਜਦੋਂ ਉਹ ਤੇਜ਼ ਰਫਤਾਰ ਚ ਸੀਗਾ ਜਦੋਂ ਉਹਦੇ ਟੱਕਰ ਮੋਟਰਸਾਈਕਲ ਦੇ ਨਾਲ ਹੁੰਦੀ ਆ ਤੇ ਜਦੋਂ ਉਹ ਮਾਂ ਪੁੱਤ ਹਾਦਸੇ ਦਾ ਸ਼ਿਕਾਰ ਹੋ ਜਾਂਦੇ ਨੇ ਜਿਹੜਾ ਉਹ ਕਾਰ ਚਾਲਕ ਹੈ ਮੌਕੇ ਤੋਂ ਫਰਾਰ ਹੋ ਜਾਂਦਾ ਤੁਸੀਂ ਵੀ ਸਾਵਧਾਨ ਰਹੋ ਕਿਉਂਕਿ ਤੁਹਾਡੇ ਨਾਲ ਵੀ ਅਜਿਹਾ ਹਾਦਸਾ ਜ਼ਰੂਰ ਵਾਪਰ ਸਕਦਾ ਕਿਉਂਕਿ ਅੱਜ ਕੱਲ ਜਿਹੜੀ ਨੌਜਵਾਨ ਪੀੜੀ ਹੈ ਜਿਹੜੇ ਲੋਕ ਨੇ ਉਹ ਬਹੁਤ ਹੀ ਜ਼ਿਆਦਾ ਜਲਦਬਾਜ਼ੀ ਦੇ ਵਿੱਚ ਰਹਿੰਦੇ ਨੇ ਤੇ ਉਹਨਾਂ ਦੇ ਕੋਲ ਸਬਰ ਨਾਮ ਦੀ ਕੀ ਜ ਨਹੀਂ ਹੁੰਦੀ ਕਿਉਂਕਿ ਉਹਨਾਂ ਨੇ ਸਪੀਡ ਇੰਨੀ ਤੇਜ਼ ਕੀਤੀ ਹੁੰਦੀ ਹੈ ਉਹਨਾਂ ਦੇ ਅੰਦਰ ਸਬਰ ਬਿਲਕੁਲ ਨਹੀਂ ਹੁੰਦਾ ਕਿ ਉਹ 2 ਮਿੰਟ ਦਾ ਇੰਤਜ਼ਾਰ ਵੀ ਕਰ ਲੈਣ ਅੱਜ ਦੇ ਸਮੇਂ ਵਿੱਚ ਹਰ ਇੱਕ ਇਨਸਾਨ ਨੂੰ ਭੱਗ ਦੌੜ ਲੱਗੀ ਹੋਈ ਹੈ ਕੋਈ ਸਬਰ ਨਹੀਂ ਕਰਦਾ ਤੇ ਹਰ ਇੱਕ ਦੇ ਵਿੱਚ ਸਬਰ ਨਾਮ ਦੀ ਚੀਜ਼ ਜਿਹੜੀ ਹੈ ਉਹ ਖਤਮ ਹੁੰਦੀ ਜਾ ਰਹੀ ਹੈ ਜਿੱਥੇ ਕਿ ਗੱਲ ਕਰੀਏ ਇਹ ਮਾਪੁੱਤ ਹਾਸੇ ਦਾ ਸ਼ਿਕਾਰ ਹੋ ਜਾਂਦੇ ਨੇ ਤੇ ਬਹੁਤ ਹੀ ਦਰਦਨਾਕ ਖਬਰ ਜਿਹੜੀ ਹੈ ਉਹ ਸਾਹਮਣੇ ਆਈ ਹੈ ਉਸ ਤੋਂ ਬਾਅਦ ਜਿਹੜੇ ਪਰਿਵਾਰਕ ਮੈਂ ਬਰਨੇ ਉਹ ਬਹੁਤ ਹੀ ਜ਼ਿਆਦਾ ਸਦਮੇ ਦੇ ਵਿੱਚ ਚਲੇ ਗਏ ਨੇ ਉਹਨਾਂ ਦਾ ਰੋ ਰੋ ਕੇ ਬੁਰਾ ਹਾਲ ਹੋਇਆ ਪਿਆ ਕਿਉਂਕਿ 17 ਸਾਲ ਦਾ ਇਹ ਨੌਜਵਾਨ ਸੀਗਾ ਮਾਪਿਆਂ ਦਾ ਪੁੱਤ ਸੀਗਾ ਜਿਹੜਾ ਉਹ ਹੁਣ ਦੂਰ ਹੋ ਗਿਆ ਯਾਨੀ ਕਿ ਉਸ ਦੀ ਸੜਕ ਹਾਦਸੇ ਦੇ ਵਿੱਚ ਮੌਤ ਹੋ ਗਈ ਹੈ ਉੱਥੇ ਹੀ ਨੌਜਵਾਨ ਪੀੜ੍ਹੀ ਨੂੰ ਉੱਥੇ ਸਤਰਕ ਰਹਿਣ ਦੀ ਲੋੜ ਆ ਕਿਉਂਕਿ ਅੱਜ ਦੇ ਸਮੇਂ ਦੇ ਵਿੱਚ ਜਿਸ ਤਰ੍ਹਾਂ ਲੋਕਾਂ ਨੂੰ ਭੱਜ ਦੌੜ ਲੱਗੀ ਹੋਈ ਹੈ ਸੜਕੇ ਹਾਦਸੇ ਜਿਹੜੇ ਨੇ ਉਹ ਦਿਨ ਪ੍ਰਤੀ ਦਿਨ ਵਧਦੇ ਜਾ ਰਹੇ ਨੇ ਇਸ ਕਰਕੇ ਜੇਕਰ ਤੁਹਾਨੂੰ ਆਪਣੀਆਂ ਜਾਨਾਂ ਪਿਆਰੀਆਂ ਤੇ ਤੇ ਤੁਹਾਨੂੰ ਸਾਵਧਾਨ ਹੋਣ ਦੀ ਬਹੁਤ ਹੀ ਜ਼ਿਆਦਾ ਜ਼ਰੂਰਤ ਹੋਵੇਗੀ ਜੇਕਰ ਤੁਸੀਂ ਅਣਗਹਿਲੀ ਵਰਤੋਂਗੇ ਤੇਜ਼ ਰਫ਼ਤਾਰ ਚ ਗੱਡੀਆਂ ਚਲਾਉਂਗੇ ਅਜਿਹਾ ਸੜਕੇ ਹਾਦਸੇ ਵਾਪਰਦੇ ਰਹਿਣਗੇ ਹੁਣ ਗੱਲ ਕਰਦੇ ਆ ਜੇਕਰ ਤੁਹਾਡੀਆਂ ਜਾਨਾਂ ਤੁਹਾਡੇ ਹੱਥ ਵਿੱਚ ਨੇ ਜੇਕਰ ਤੁਹਾਨੂੰ ਆਪਣੀ ਜਾਨ ਪਿਆਰੀ ਆ ਤਾਂ ਜ਼ਰੂਰ ਤੁਸੀਂ ਸਲੀਕੇ ਦੇ ਨਾਲ ਗੱਡੀ ਚਲਾਉਂਗੇ ਤੇ ਤੁਸੀਂ ਸਾਵਧਾਨੀ ਵੀ ਵਰਤੋਂਗੇ ਹੁਣ ਇਹ 17 ਸਾਲ ਦਾ ਨੌਜਵਾਨ ਜਿਹੜਾ ਕਿ ਆਪਣੀ ਮਾਤਾ ਨੂੰ ਗੁਰਦੁਆਰੇ ਸਾਹਿਬ ਦੇ ਵਿੱਚ ਲੈ ਕੇ ਜਾ ਰਿਹਾ ਸੀਗਾ ਤੇ ਰਸਤੇ ਦੇ ਵਿੱਚ ਸੜਕੀ ਹਾਦਸਾ ਵਾਪਰਿਆ ਦੋਨਾਂ ਮਾਂ ਪੁੱਤ ਦੀ ਮੌਤ ਹੋ ਗਈ ਹੈ ਤੇ ਹੁਣ ਪਰਿਵਾਰ ਦੇ ਵਿੱਚ ਜੋ ਹੈ ਸੋਗ ਦੀ ਲਹਿਰ ਦੇਖਣ ਨੂੰ ਮਿਲਦੀ ਹੈ ਬੇहद ਹੀ ਮਦਭਾਗੀ ਖਬਰ ਹੈ ਉਥੇ ਹੀ ਲੋਕਾਂ ਨੂੰ ਸਤਰਕ ਹੋਣ ਦੀ ਵੀ ਲੋੜ ਹੈ ਸਿੱਖ ਲੈਣ ਦੀ ਵੀ ਲੋੜ ਹੈ ਕਿ ਜਿਹੜੇ ਲੋਕ ਤੇਜ਼ ਰਫ਼ਤਾਰ ਤੇ ਗੱਡੀਆਂ ਚਲਾਉਂਦੇ ਨੇ ਉਹਨਾਂ ਦੇ ਸੀਟ ਬੈਲਟ ਵੀ ਨਹੀਂ ਲਗਾਈ ਹੁੰਦੀ ਅਣਗੈਲੀਆਂ ਵਰਤੇਦੇ ਨੇ ਉਥੇ ਹੀ ਵੱਡੇ ਹਾਦਸੇ ਵਾਪਰ ਜਾਂਦੇ ਨੇ ਤੇ ਤੁਹਾਡਾ ਕੁਝ ਨਹੀਂ ਜਾਂਦਾ ਕਿਸੇ ਘਰ ਦਾ ਚਿਰਾਗ ਓਝੜ ਜਾਂਦਾ ਹੈ ਤੇ ਇੱਥੇ ਹੀ ਲੋਕਾਂ ਨੂੰ ਸਾਵਧਾਨ ਉਹਨਾਂ ਦੀ ਜ਼ਰੂਰਤ ਹੈ ਤਾਂ ਜੋ ਸੜਕੇ ਹਾਦਸੇ ਜਿਹੜੇ ਨੇ ਉਹ ਘੱਟ ਤੋਂ ਘੱਟ ਵਾਪਰਨਾ ਤੇ ਇਹਨਾਂ ਸੜਕ ਹਾਸਿਆਂ ਦੇ ਰੋਕ ਲੱਗੇ ਇਹ ਤਸਵੀਰਾਂ ਜਿਹੜੀਆਂ ਨੇ ਭਾਵੁਕ ਕਰਨ ਵਾਲੀਆਂ ਸਾਹਮਣੇ ਆਈਆਂ ਨੇ ਇਹ ਤਸਵੀਰਾਂ ਦੇਖ ਕੇ ਤੁਹਾਡੀ ਰੂਹ ਵੀ ਜ਼ਰੂਰ ਕੰਬੇਗੀ ਤੇ ਤੁਸੀਂ ਵੀ ਭਾਵੁਕ ਹੋਵੋਗੇ ਕਿ ਕਿਸ ਤਰੀਕੇ ਦੇ ਨਾਲ ਇਹ ਮਾਂ ਪੁੱਤ ਨੂੰ ਭਿਆਨਕ ਮੌਤ ਆਈ ਹੈ ਸੜਕੀ ਹਾਦਸਾ ਇਸ ਤਰੀਕੇ ਦੇ ਨਾਲ ਵਾਪਰਿਆ ਜਿਸ ਤੋਂ ਬਾਅਦ ਹਰ ਇੱਕ ਦੀ ਰੂਹ ਵੀ ਕੰਬ ਗਈ ਹੈ ਨਵੀਂ ਖਬਰ ਲੈ ਕੇ ਜਲਦ ਹੀ ਆਵਾਂਗੇ ਉਦੋਂ ਤੱਕ ਦੇ ਲਈ ਧੰਨਵਾਦ